ਬਟ ਡੈਡੀ ਸੁਪਨਾ ਪੂਰਾ ਪੈਦਾ ਹੋਏ ਤਾਂ ਦਿਆ ਵੀ ਮੈਂ ਆਸਟ੍ਰੇਲੀਆ ਨੂੰ ਰੋਣਾ ਵਾ, ਆਸਟ੍ਰੇਲੀਆ ਨੂੰ ਟੀਮ ਲਿਆਵੇ ਅਤੇ ਫਿਰ ਨਹੀਂ ਜਾਣਾ। ਚਲੋ ਅੱਜ ਬੱਚੇ ਦਾ ਸੁਪਨਾ ਪੂਰਾ ਹੋਇਆ ਜੀ। ਬਣਾਉਣੀ ਪਲੰਟੀ ਅਤੇ ਕਿਸੇ ਨੇ ਸੁੱਟਣਾ ਬਾਲ ਅਤੇ ਕਿਸੇ ਨੇ ਮਾਰਨਾ, ਇਹ ਟੀਮ ਦਾ ਹਿਰਾ ਵਾ, ਇਹ ਕੱਲੇ ਵਰਦੇ ਦਾ ਕੋਈ ਹਿਰਾ ਨਹੀਂ। ਤੁਸੀਂ ਆਖੀ ਸਾਡੇ ਬੱਚੇ ਨੇ ਉਹ ਕੀਤਾ, ਨਹੀਂ ਟੀਮ ਨੇ ਕੀਤਾ ਜੋ ਕਿ ਵੇਖੋ ਜੀ ਬੜੀ ਕਿਰਪਾ ਮਾਲਕ ਦੀ, ਇਹ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਆ। ਬੜਾ ਖੁਸ਼ੀ ਵਾਲਾ ਮਾਹੌਲ ਆ ਪਰਿਵਾਰ ਦੇ ਵਿੱਚ, ਇਲਾਕੇ ਦੇ ਵਿੱਚ, ਪਿੰਡ ਦੇ ਵਿੱਚ। ਬੜਾ ਵਧਾਈਆਂ ਦੇਣ ਡਿਆ, ਕੋਈ ਖੁਸ਼ੀਆਂ ਮਨਾਉਣ ਡਿਆ, ਅਤੇ ਬੜੀ ਖੁਸ਼ੀ ਹੈ ਜੀ। ਲੱਗਦਾ ਕਿ ਹਰਮਨਪ੍ਰੀਤ ਦੀ ਗੱਲਬਾਤ ਹੁੰਦੀ ਸੀ ਕਿ ਮੈਚ ਨੂੰ ਲੈ ਕੇ, ਆਸਟ੍ਰੇਲੀਆ ਨੂੰ ਲੈ ਕੇ ਕੋਈ? ਹਾਂਜੀ ਮੈਚ ਜੀ, ਤਾਂ ਜਿੱਦਾਂ ਨਿਊਜ਼ੀਲੈਂਡ ਦਾ ਮੈਚ ਹੋਇਆ ਉੱਧਰ ਵੀ ਗੱਲ ਹੋਈ ਆ, ਅੱਜ ਵੀ ਹੋਈ ਆ। ਅਤੇ ਉਹ ਮਤਲਬ ਕਹਿੰਦਾ ਵੀ ਡੈਡੀ ਸੁਪਨਾ ਪੂਰਾ ਮੇਰਾ ਹੋਏ ਦੇ ਤਾਂ ਦਿਆ ਵੀ ਮੈਂ ਆਸਟ੍ਰੇਲੀਆ ਨੂੰ ਰੋਣਾ, ਆਸਟ੍ਰੇਲੀਆ ਨੂੰ ਟੀਮ ਰਾਵੇ ਤਾਂ ਫਿਰ ਨਹੀਂ ਜਾਣਾ। ਚਲੋ ਅੱਜ ਬੱਚੇ ਦਾ ਸੁਪਨਾ ਪੂਰਾ ਹੋਇਆ ਜੀ, ਬੜੀ ਖੁਸ਼ੀ ਹੈ ਜੀ। ਲੱਗਦਾ ਕਿ ਪੂਰੀ ਟੀਮ ਨੂੰ ਸਿਹਰਾ ਜਾਂਦਾ ਜੀ? ਨਹੀਂ ਵੇਖੋ ਜੀ, ਬਿਲਕੁਲ ਟੀਮ ਨੂੰ ਜਾਂਦਾ, ਇਹ ਟੀਮ ਵਰਕ ਆ, ਇਹ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਵੇਖੋ ਜੀ ਕਿਸੇ ਨੇ ਪਲੰਟੀ ਬਣਾਉਣੀ, ਫੋਰ ਕਰਾ ਕੇ ਟੀਮ ਨੂੰ ਟੈਂਪੀ ਬਣਾਉਣੀ ਪਲੰਟੀ, ਅਤੇ ਕਿਸੇ ਨੇ ਸੁੱਟਣਾ ਬਾਲ ਫਿਰ ਕਿਸੇ ਨੇ ਮਾਰਨਾ, ਇਹ ਟੀਮ ਦਾ ਸਿਹਰਾ ਵਾ, ਇਕੱਲੇ ਬੰਦੇ ਦਾ ਕੋਈ ਸਿਹਰਾ ਨਹੀਂ। ਤੁਸੀਂ ਆਖੀ ਸਾਡੇ ਬੱਚੇ ਦੇ ਉਹ ਕੀਤਾ, ਨਹੀਂ ਟੀਮ ਨੇ ਕੀਤਾ ਜੋ ਕੀਤਾ। ਕਹਿੰਦੇ ਮਾਂ ਪਿਓ ਦਾ ਤਾਂ ਇੱਕ ਸਹਾਰਾ ਹੁੰਦਾ ਪਰ ਕਪਤਾਨ ਦਾ ਜਿਹੜਾ ਹੁੰਦਾ, ਕੋਚ ਜਿਹੜਾ ਹੁੰਦਾ, ਉਹ ਬੜਾ ਕੁਝ ਕਰਦਾ ਜੀ। ਆਹੋ ਜੀ, ਇਹ ਸਾਡੇ ਬੱਚੇ ਦਾ ਉਸਤਾਦ ਸੀ ਜਗਰਾਜ ਸਿੰਘ ਐਸ ਪੀ ਸਾਹਿਬ, ਬੜੀ ਮਿਹਨਤ ਕਰਾਈ ਆ ਉਹਨੇ, ਬੜਾ ਇਹਨੂੰ ਸਿਖਾਇਆ, ਬੜਾ ਕੁਛ ਸਿੱਖਿਆ ਉਹਨੇ ਉਹਦੇ ਕੋਲ। ਇਸ ਕਰਕੇ ਅਸੀਂ ਤਾਂ ਪਹਿਲਾਂ ਜਗਰਾਜ ਨੂੰ ਵਧਾਈਆਂ ਦਿੰਦੇ ਹਾਂ। ਵੇਖੋ ਕੋਚ ਵੀ ਉਦੋਂ ਖੁਸ਼ ਹੁੰਦਾ, ਉਸਤਾਦ ਉਦੋਂ ਖੁਸ਼ ਹੁੰਦਾ ਜਦੋਂ ਬੱਚਾ ਚੰਗਾ ਖੇਡੇ, ਤਰੱਕੀ ਕਰੇ। ਅਤੇ ਜਗਰਾਜ ਸਿੰਘ ਤਾਂ ਅਜੇ ਆਪ ਤਕੜੇ ਪਲੇਅਰ ਹੈ ਪਲੰਟੀ ਸ਼ੂਟ ਦੇ, ਇਸ ਕਰਕੇ ਇਹਨੇ ਨਿੱਜੀ ਇੱਕ ਪਿਆਰ ਕੀਤਾ ਸੀ ਇਹਦੇ ਨਾਲ, ਹਰਮਨ ਨਾਲ, ਅਤੇ ਪਿਆਰ ਬੜਾ ਵਾ ਦੋਵਾਂ ਦਾ। ਅਤੇ ਕਰਦੇ ਸੀ ਜਗਰਾਜ ਨੂੰ, ਜਗਰਾਜ ਵਧਾਈਆਂ ਬਹੁਤ ਜਗਰਾਜ ਸਿੰਘ ਨੂੰ। ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਬੜਾ ਵੱਧ ਗਿਆ, ਪੰਜਵਾਂ ਦਰਿਆ ਵੱਜਦਾ ਪਿਆ ਵਾ, ਕੋਈ ਲੋਕਾਂ ਨੂੰ ਅਪੀਲ ਕਰਨੀ, ਸਰਕਾਰਾਂ ਦੇ ਚਲੋ ਕੰਮ ਕਰ ਰਹੀਆਂ, ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਵੇਖੋ ਮੈਂ ਤਾਂ ਕੋਈ ਬੇਨਤੀ ਕਰਦਾ ਹੁੰਦਾ ਵਾ ਵੀ ਮਾਂ ਪਿਓ ਦਾ ਫਰਜ਼ ਆ ਬੱਚਿਆਂ ਦਾ ਧਿਆਨ ਰੱਖਣਾ। ਜੇ ਆਪਾਂ ਨਿਰਾ ਸਰਕਾਰਾਂ ਨੂੰ ਬਲੇਮ ਦੇਈ ਜਾਈਏ ਤਾਂ ਕੋਈ ਐਡੀ ਵਧੀਆ ਗੱਲ ਨਹੀਂ। ਤਾੜੀ ਰੋਜ਼ ਥਣੇ ਵੱਜਦੀ ਆ, ਸਰਕਾਰਾਂ ਨੂੰ ਵੀ ਕੰਟਰੋਲ ਕਰਨ ਦੀਆਂ, ਪਰ ਵੇਖੋ ਸਰਕਾਰ ਪੰਜ ਸਾਲ ਆ ਗਈ, ਦੂਜੀ ਆ ਗਈ। ਵੇਖੋ ਜੀ ਮਾਂ ਪਿਓ ਤਾਂ ਸਦਾ ਨਾਲ ਰਹਿਣਾ, ਅਤੇ ਇਹ ਮਾਂ ਪਿਓ ਦਾ ਕਿੱਥੇ ਬੱਚਾ ਗਿਆ, ਕਿੱਥੋਂ ਆਇਆ, ਸ਼ਹਿਰ ਗਿਆ, ਤੂੰ ਕਿਹਦੇ ਨਾਲ ਗਿਆ, ਕਿ ਕਿਹੜਾ ਬੰਦਾ ਨਾਲ, ਉਸ ਵੇਖੋ ਜੇ ਬੱਚਾ ਝੂਠ ਮਾਰੂਗਾ, ਜਿੱਥੇ ਗਿਆ ਇਹਦਾ ਪਤਾ ਕਰੋ ਕਿੱਥੇ ਆ, ਗਲਤ ਬੰਦਿਆਂ 'ਚ ਬੈਠਾ ਕਿ ਸਹੀ ਆ। ਅਤੇ ਧਿਆਨ ਰੱਖੋ ਬੱਚਿਆਂ ਦਾ, ਤੂੰ ਬੱਚਿਆਂ ਨੂੰ ਸਪੋਰਟਸ ਨਾਲ ਜੁੜੋ, ਮਾਲਕ ਆਪੇ ਮਿਹਰ ਕਰੋ। ਲੱਗਦਾ ਕਿ ਇਹ 52 ਸਾਲ ਬਾਅਦ ਜਦੋਂ ਰਿਕਾਰਡ ਤੋੜਿਆ ਗਿਆ ਵਾ, ਅਤੇ ਇੱਕ ਪੰਜਾਬ ਵਾਸਤੇ ਵੱਡੀ ਜਿੱਤ ਹੈ ਜੀ, ਬੜੀ ਬਹੁਤ ਵੱਡੀ ਜੀ, ਵਿਦੇਸ਼ ਵਾਸਤੇ ਬੜੀ ਤਕੜੀ ਗੱਲ ਹੈ ਜੀ, ਪੰਜਾਬ ਵਾਸਤੇ ਤਾਂ ਹੈਗੀ ਹੈਗੀ ਹੈ, ਦੇਸ਼ ਨੂੰ ਸਾਰਿਆਂ ਨੂੰ ਵਧਾਈਆਂ। ਚਲੋ ਟੀਮ ਨੇ ਮੱਲਾਂ ਮਾਰੀਆਂ, ਵਧੀਆ ਖੇਡੇ ਬੱਚੇ, ਸਾਰੇ ਬੱਚੇ ਬਹੁਤ ਸੋਹਣਾ ਖੇਡੇ ਆ, ਬਹੁਤ ਖੁਸ਼ੀ ਹੋ ਰਹੀ ਹੈ ਪਰਿਵਾਰ ਦੇ ਵਿੱਚ, ਬਹੁਤ ਵਧੀਆ ਮਾਹੌਲ ਹੈ ਜੀ, ਅੰਦਰੋਂ ਦਿਲੋਂ ਖੁਸ਼ੀ ਹੈ ਜੀ ਬਹੁਤ। ਇਲਾਕੇ ਨੂੰ, ਭਰਾਵਾਂ ਨੂੰ ਫੋਨ ਆਏ,
ਬਹੁਤ ਖੁਸ਼ੀ ਹੁੰਦੀ ਹੈ। ਸਾਰੇ ਮਤਲਬ ਸਾਡੇ ਪਿੰਡ ਦੇ ਟੋਟਲ ਸਾਰੇ ਨੇ ਮੈਚ ਵੇਖਿਆ ਜੀ। ਲੱਗਦਾ ਕਿ ਕਪਤਾਨ ਦੀ ਤਾਂ ਮਿਹਨਤ ਹੁੰਦੀ ਪਰ ਪੂਰੀ ਟੀਮ ਦੇ ਨਾਲ ਹੀ ਸਿਹਰਾ ਜਾਂਦਾ ਪੂਰੀ ਟੀਮ। ਹਾਂਜੀ ਹਾਂਜੀ ਬਿਲਕੁਲ, ਸਾਰਾ ਸਾਰਾ ਟੀਮ ਵਰਕ ਦਾ ਕੰਮ ਹੈ ਜੀ। ਬਹੁਤ ਵਧੀਆ ਮਤਲਬ ਸਾਰਿਆਂ ਨੇ ਬਹੁਤ ਵਧੀਆ, ਸਭ ਬਹੁਤ ਵਧੀਆ ਖੇਡਿਆ ਜੀ। ਗੱਲਬਾਤ ਹੁੰਦੀ ਸੀ ਇਸ ਨੂੰ ਲੈ ਕੇ ਪਈ। ਹਾਂਜੀ ਬਿਲਕੁਲ ਜੀ, ਮਤਲਬ ਕਿੱਦਾਂ ਮਤਲਬ ਪਹਿਲਾਂ ਤੋਂ ਹੀ ਵੀ ਮਤਲਬ ਆਸਟ੍ਰੇਲੀਆ ਨੂੰ ਹਰਾਏ ਨੂੰ ਬਹੁਤ ਟਾਈਮ ਹੋ ਗਿਆ ਸੀ, 52 ਸਾਲ ਹੋ ਗਏ, ਅਤੇ ਉਹ ਮਨ ਦੇ ਵਿੱਚ ਹੈ ਹੀ ਕਿਤੇ ਉਹਨਾਂ ਦੇ, ਅਤੇ ਉਹ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ, ਬਹੁਤ ਸੋਹਣਾ ਖੇਡਿਆ। ਆਸਟ੍ਰੇਲੀਆ ਵਾਲੇ ਵੀ ਬਹੁਤ ਸੋਹਣਾ ਖੇਡਿਆ ਜੀ। ਚਲੋ ਹਰਮਨ ਕੋਚ ਬਾਰੇ ਕੀ ਕਹਿਣਾ ਚਾਹੋਗੇ, ਉਹਨਾਂ ਨੇ ਬੜੀ ਮਿਹਨਤ ਕੀਤੀ, ਬਹੁਤ ਸਟਿੱਕ ਮਿਹਨਤ ਕਰਾਈ ਉਹਨਾਂ ਨੇ। ਹਾਂਜੀ ਮਤਲਬ 2-3 ਮਹੀਨੇ ਹੋ ਗਏ ਲਗਾਤਾਰ ਮਤਲਬ ਰੈਸਟ ਨਹੀਂ ਮਿਲੀ ਉਹਨਾਂ ਨੂੰ, ਵੀ ਟੂਰਨਾਮੈਂਟ ਪਹਿਲਾਂ ਖੇਡ ਕੇ ਆਏ, ਫਿਰ ਮਤਲਬ ਕੈਂਪ 'ਤੇ ਇੱਕ ਮਤਲਬ ਵੱਧ ਤੋਂ ਵੱਧ 1-2 ਦਿਨ ਦੀ ਛੁੱਟੀ ਮਿਲੀ ਸੀ, ਅਤੇ ਬਾਅਦ 'ਚ ਫਿਰ ਪ੍ਰੈਕਟਿਸ 'ਤੇ ਬਹੁਤ ਮਿਹਨਤ ਕੀਤੀ ਹੈ ਜੀ। ਕਿੱਦਾਂ ਮਾਹੌਲ ਪਿੰਡ ਦਾ ਜੀ? ਬਹੁਤ ਖੁਸ਼ੀ ਦਾ ਮਾਹੌਲ ਹੈ ਜੀ, ਬਹੁਤ ਚੜ੍ਹਦੀ ਕਲਾ। ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ? ਨਸ਼ਾ ਬਹੁਤ ਪੰਜਾਬ 'ਚ। ਹਾਂਜੀ ਨਹੀਂ ਠੀਕ ਹੈ ਸਰ, ਮਤਲਬ ਵੇਖੋ ਆਪੋ ਆਪਣੀ ਚੋਇਸ ਹੈ, ਕੌਣ ਕੀ ਕਰਦਾ ਕੌਣ ਕੀ ਨਹੀਂ ਲੈਂਦਾ, ਪਰ ਫਿਰ ਵੀ ਚਲੋ ਆਪ ਗੇਮ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਅਤੇ ਨਸ਼ਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਜੀ।